ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਵੱਲੋਂ ਸੀਨੀਅਰ ਅਧਿਕਾਰੀਆਂ ਦੇ ਨਾਲ ਅੱਜ ਨਗਰ ਨਿਗਮ ਦਫ਼ਤਰ ਦੇ ਵਿੱਚ ਪਟਿਆਲਾ ਦੇ ਅੰਦਰ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੌਕੇ ਉੱਪਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਿੱਚ ਜਿਹੜੇ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਸ਼ੁਰੂ ਕੀਤੇ ਗਏ ਹਨ ਉਹਨਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਮੋਹ ਮਾਜਰਾ ਦੇ ਵਿੱਚ 2.33 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਹੁਤ ਜਲਦੀ ਵਿਕਾਸ ਦੇ ਕੰਮ ਕਰਵਾਏ ਜਾਣਗੇ। ਪਟਿਆਲਾ ਦੇ 21 ਨੰਬਰ ਫਾਟਕ ਅਤੇ 22 ਨੰਬਰ ਰੇਲਵੇ ਫਾਟਕ ਦੇ ਨਾਲ ਬਹੁਤ ਜਲਦ ਪਾਰਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਨਗਰ ਨਿਗਮ ਪਟਿਆਲਾ ਅਦਿੱਤਿਆ ਉੱਪਲ ਵੱਲੋਂ ਸ਼ਹਿਰ ਦੇ ਵਿੱਚ ਚੱਲ ਰਹੇ ਵਿਕਾਸ ਦੇ ਕੰਮ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅੰਸ਼ੁਮਨ ਦੀ ਰਿਪੋਰਟ। ਦੇਖੋ ਜਿੰਨੇ ਵੀ ਕੰਮ ਹੈਗੇ ਆ ਜਿਹੜਾ ਸਰਕਾਰ ਵੱਲੋਂ ਸਾਨੂੰ ਫੰਡ ਦਿੱਤਾ ਜਾ ਰਿਹਾ ਹੈਗਾ, ਠੀਕ ਹੈ, ਵੱਖ ਵੱਖ ਤਰ੍ਹਾਂ ਦੇ ਪ੍ਰੋਜੈਕਟਸ ਹੈਗੇ ਆ। ਖੁਦ ਉਹਨਾਂ ਦੇ ਵਿੱਚ ਕੁਝ ਰੋਡਸ ਹੈਗੀਆਂ ਜਿਹੜੀਆਂ ਕੱਚੀਆਂ ਹੈਗੀਆਂ, ਉਹਨਾਂ ਨੂੰ ਆਪਾਂ ਪੱਕਾ ਕਰ ਰਹੇ ਹਾਂ। ਤੇ ਉਸ ਤੋਂ ਇਲਾਵਾ ਪਾਰਕਸ ਜਿਹੜੇ ਹੈਗੇ ਆ ਉਹਨਾਂ ਦੀ ਰੈਨੋਵੇਸ਼ਨ ਚੱਲ ਰਹੀ ਹੈ। ਕਿਹੜੇ ਕਈ ਇਲਾਕਿਆਂ 'ਚ ਸਟਰੀਟ ਲਾਈਟਸ ਨਹੀਂ ਸੀਗੀਆਂ, ਉੱਥੇ ਆਪਾਂ ਸਟਰੀਟ ਲਾਈਟਸ ਲਾ ਰਹੇ ਹੈਗੇ ਹਾਂ। ਉਸ ਤੋਂ ਇਲਾਵਾ ਅਸੀਂ ਜਿਹੜਾ ਮਾਡਲ ਟਾਊਨ ਹੈਗਾ, ਮਾਡਲ ਟਾਊਨ ਦੇ ਵਿੱਚ ਇੱਕ ਆਪਾਂ ਜੋਗਿੰਗ ਦਾ ਟਰੈਕ, ਜਿਹੜੀ ਟੈਗੋਰ ਦੇ ਪਿਛਲੀ ਸਾਈਡ 'ਤੇ ਜਗ੍ਹਾ ਹੈ, ਉੱਥੇ ਲੈਂਡਸਕੇਪਿੰਗ ਕਰਕੇ ਜੋਗਿੰਗ ਦਾ ਟਰੈਕ ਬਣ ਰਿਹਾ, ਨਾਲੇ ਇੱਕ ਲਾਇਬ੍ਰੇਰੀ ਵੀ ਅਸੀਂ ਉੱਥੇ ਬਣਾ ਰਹੇ ਹਾਂ ਬੱਚਿਆਂ ਦੀ ਸਹੂਲਤ ਲਈ। ਇਸ ਤਰ੍ਹਾਂ ਹੀ ਬਹੁਤ ਸਾਰੇ ਵੱਖ ਵੱਖ ਪ੍ਰੋਜੈਕਟਸ ਹੈਗੇ ਆ ਸਾਡੇ ਜਿਹੜੇ ਇਹ 'ਚ ਲਏ ਹੋਏ ਆ। ਇੱਕ ਜਿਵੇਂ ਕਿ ਰੋਡ ਹੈਗੀ ਹੈ ਆਪਣੀ ਸਰਹਿੰਦ ਰੋਡ ਤੋਂ ਜਿਹੜੀ ਕਨੈਕਟ ਕਰਦੀ ਹੈ ਭਾਦਸੋ ਨੂੰ, ਇੱਕ ਬਾਈਪਾਸ ਰੋਡ ਹੈਗੀ ਹੈ ਉਹਨੂੰ ਵੀ ਆਪਾਂ ਬਣਾ ਰਹੇ ਹਾਂ, ਬਹੁਤ ਟੁੱਟੀ ਪਈ ਹੈ ਉਹ ਵੀ ਆਪਾਂ ਬਣਾ ਰਹੇ ਹਾਂ। ਇਹਦੇ ਕਰਕੇ ਵੱਖ ਵੱਖ ਪ੍ਰੋਜੈਕਟਸ ਹੈਗੇ ਆ ਜਿਨ੍ਹਾਂ ਦੀ ਟੈਂਡਰਿੰਗ ਪ੍ਰੋਸੈਸ ਹੋ ਚੁੱਕਿਆ ਹੈ। ਕੁਛ ਇੱਕ ਕੰਮ ਸੀਗੇ ਜਿਨ੍ਹਾਂ ਦੇ ਟੈਂਡਰ ਨਹੀਂ ਆਏ ਸੀਗੇ, ਉਹ ਰੀਕਾਲ ਕੀਤੇ ਹੋਏ ਆ, ਪਰ ਮੈਜੋਰਿਟੀ ਜਿਹੜੇ ਪ੍ਰੋਜੈਕਟਸ ਹੈਗੇ ਉਹ ਹੋ ਚੁੱਕੇ ਆ, ਬਹੁਤ ਜਲਦ ਉਹਨਾਂ 'ਤੇ ਕੰਮ ਸ਼ੁਰੂ ਹੋ ਜਾਵੇਗਾ। ਤੁਹਾਡੇ ਵੱਲੋਂ ਇੱਕ ਪ੍ਰੋਜੈਕਟ ਬਣਾਇਆ ਗਿਆ ਤੁਹਾਡੇ ਕਿਸੇ ਮੁਲਾਜ਼ਮ ਵੱਲੋਂ ਆਪਣੇ ਆਪ ਦੇ ਉੱਤੇ, ਇੱਕ ਵੇਸਟ ਦੇ ਨਾਲ ਪਾਰਕ ਬਣਾਇਆ, ਕੈਫੇ ਬਣਾਇਆ ਉਹ ਜੀ, ਪਰ ਉਹ ਮੈਨੂੰ ਲੱਗਦਾ ਹਜੇ ਤੱਕ ਚੱਲ ਨਹੀਂ ਪਾ ਰਿਹਾ। ਉਸ ਤਰ੍ਹਾਂ ਦਾ ਪ੍ਰੋਜੈਕਟ ਕੋਈ ਸ਼ਹਿਰ ਦੇ ਵਿੱਚ ਵੀ ਲਿਆਉਂਗੇ ਕਿਉਂਕਿ ਮਾਡਲ ਟਾਊਨ ਦੇ ਵਿੱਚ ਹੈ ਜੀ ਜੀ, ਹਰੇਕ ਬੰਦੇ ਦੀ ਪਹੁੰਚ ਨਹੀਂ ਜੀ, ਨਹੀਂ ਸ਼ਹਿਰ ਦੇ ਵਿੱਚ ਵੀ, ਤੇ ਇਹ ਜਿਹੜਾ ਮਾਡਲ ਟਾਊਨ ਦਾ ਪ੍ਰੋਜੈਕਟ ਇਹ ਵੀ ਸ਼ੁਰੂ ਹੋਣ ਵਾਲਾ ਹੈ ਵੈਰੀ ਸੂਨ, ਇਟ ਵਿਲ ਬੀ ਸਟਾਰਟਿੰਗ। ਤੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉੱਥੇ ਜਾ ਕੇ ਆਪਣਾ ਚਾਹ ਕਾਫੀ ਪੀ ਕੇ ਆਓ ਜਦੋਂ ਵੀ ਖੁੱਲਦਾ ਹੈ ਉਹ, ਤੇ ਮੈਨਿਊ ਵੀ ਉੱਥੇ ਸਜੈਸਟ ਕਰੋ, ਡਿਸਕਾਊਂਟ ਸਪੈਸ਼ਲ ਦੇ ਦਿਆਂਗੇ 10% ਡਿਸਕਾਊਂਟ ਦੇ ਦਿਆਂਗੇ। ਤੇ ਇਹੋ ਜਿਹੇ ਪ੍ਰੋਜੈਕਟਸ ਆਪਾਂ ਹੋਰ ਵੀ ਟੇਕ ਅਪ ਕਰਨ ਵਾਲੇ ਆ, ਤੇ ਬਹੁਤ ਜਲਦ ਤੁਹਾਨੂੰ ਇਸ ਦੇ ਬਾਰੇ ਇਨਫੋਰਮੇਸ਼ਨ ਮਿਲ ਜਾਏਗੀ। ਜਿਵੇਂ ਇੱਕ ਪਾਣੀ ਦਾ ਪ੍ਰੋਜੈਕਟ ਚੱਲ ਰਿਹਾ ਉਸ ਨੂੰ ਲੈ ਕੇ ਕਾਰਪੋਰੇਸ਼ਨ ਨੇ ਕਈ ਸੜਕਾਂ ਤੋੜੀਆਂ, ਪਰ ਉੱਥੇ ਲੋਕ ਗਿਰ ਜਾਂਦੇ ਆ, ਬਾਰਿਸ਼ ਦਾ ਪਾਣੀ ਪੈਂਦਾ, ਚਿੱਕੜ ਹੋ ਜਾਂਦਾ, ਕਿਉਂਕਿ ਉਹ ਤੁਹਾਡਾ ਮਹਿਕਮਾ ਸੂਰਜ ਤੇ ਉਹ ਨਾਲ ਦੀ ਨਾਲ ਬੰਦ ਕਰਦਾ, ਪਰ ਨਹੀਂ ਕੀਤਾ ਜਾਂਦਾ। ਦੇਖੋ ਇੱਕ ਬੇਸਿਕ ਜਿਹਾ ਸਭ ਤੋਂ ਪਹਿਲੋ ਗੱਲ, ਜਿਹੜਾ ਇਹ ਪ੍ਰੋਜੈਕਟ ਹੈਗਾ ਵਾਟਰ ਸਪਲਾਈ ਦਾ, ਇਹ ਕਾਰਪੋਰੇਸ਼ਨ ਕੋਲ ਨਹੀਂ ਹੈ, ਇਹ ਵਾਟਰ ਸਪਲਾਈ ਸੀਵੇਜ ਬੋਰਡ ਐਗਜ਼ੀਕਿਊਟ ਕਰ ਰਿਹਾ ਹੈ। ਤੇ ਜਿਹੜੀ ਰੋਡਸ ਪੱਟੀਆਂ ਹੋਈਆਂ ਹੈਗੀਆਂ ਉਹਨਾਂ ਦੀ ਰੀਸਟੋਰੇਸ਼ਨ ਦਾ ਜਿਹੜਾ ਜ਼ਿੰਮੇਦਾਰੀ ਹੈਗੀ ਹੈ ਉਹ ਵੀ ਜਿਹੜੀ ਐਗਜ਼ੀਕਿਊਟਿੰਗ ਕੰਪਨੀ ਹੈਗੀ ਹੈ LNTS ਕੇਸ ਦੇ ਵਿੱਚ ਉਹਨਾਂ ਦੇ ਕੋਲ ਹੈਗਾ ਹੈ, ਕਾਰਪੋਰੇਸ਼ਨ ਦਾ ਇਸ ਪ੍ਰੋਜੈਕਟ ਦੇ ਨਾਲ ਕੋਈ ਰੋਲ ਨਹੀਂ ਹੈਗਾ। ਫਿਰ ਵੀ ਅਸੀਂ ਉਹਨਾਂ ਦੇ ਨਾਲ ਰੈਗੂਲਰ ਤੌਰ 'ਤੇ ਅਸੀਂ ਮੀਟਿੰਗਸ ਕਰਦੇ ਰਹਿੰਦੇ ਹਾਂ, ਤੇ ਕਿਤੇ ਪ੍ਰੋਬਲਮ ਆ ਰਹੀ ਹੁੰਦੀ ਹੈ ਪਬਲਿਕ ਨੂੰ ਜਿਹੜੇ ਸਾਨੂੰ ਮਿਲਦੇ ਆ ਉਹਨਾਂ ਨਾਲ ਗੱਲ ਕਰਕੇ ਉਸਨੂੰ ਰਿਜ਼ੋਲਵ ਕਰਾਉਂਦੇ ਹਾਂ। ਕਮਿਸ਼ਨਰ ਸਾਹਿਬ ਇੱਕ ਨਾ ਸੰਡੇ ਮਾਰਕੀਟ ਲੱਗਦੀ ਹੈ ਉੱਥੇ, ਰੈਡੀ ਪੈੜੀਆਂ ਮਤਲਬ ਰੈਡੀਆਂ ਵਾਲੇ ਲਾਉਂਦੇ ਰਹੇ ਜਿਹੜੇ ਗਰੀਬ ਨੇ, ਪਰ ਉਹਦੇ ਵਿੱਚ ਕੁਛ ਸ਼ਾਇਦ ਦੁਕਾਨਦਾਰ ਨੇ ਜਿਹਨਾਂ ਕੋਲ ਕਰੋੜਾਂ ਰੁਪਏ ਦੇ ਜਿਹੜੇ ਸ਼ੋਰੂਮ ਨੇ ਉੱਥੇ ਵੀ ਲਗਾਉਂਦੇ ਨੇ, ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ? ਦੇਖੋ ਕਾਰਵਾਈ ਸਾਰਿਆਂ ਲਈ ਸੇਮ ਹੋਏਗੀ, ਤੇ ਜਿਹੜੇ ਵੀ ਉੱਥੇ ਕੋਈ ਗਲਤ ਕੰਮ ਕਰ ਰਹੇ ਆ ਉਹਨਾਂ ਤੇ ਆਪਾਂ ਕਾਰਵਾਈ ਜ਼ਰੂਰ ਕਰਾਂਗੇ। ਤੁਸੀਂ ਜੋ ਕੰਪਲੇਂਟ ਜੋ ਸੀ ਉਹਦੇ ਤੇ ਮਿਸ਼ਨ ਸਾਹਿਬ ਲੇਬਰ ਐਕਟ ਦੀ ਗੱਲ ਕਰਦਾ, ਰਾਤ ਨੂੰ ਕੋਈ ਲੇਬਰ ਕੰਮ ਨਹੀਂ ਕਰ ਰਿਹਾ ਹੈਗਾ, ਜਿੰਨੀਆਂ ਬਿਲਡਿੰਗਾਂ ਬਣਦੀਆਂ ਨੇ ਰਾਤ ਨੂੰ ਹੀ ਬਣਦੀਆਂ ਨੇ, ਕੀ ਸ਼ਨੀ ਐਤਵਾਰ ਕੋਈ ਡਿਊਟੀ ਲਾਈ ਜਾਏਗੀ ਸਪੈਸ਼ਲ? ਕੋਈ ਦੇਖੋ ਇਨਫੋਰਮੇਸ਼ਨ ਲੇਬਰ ਦਿੱਤੀ ਜਾਵੇ ਤਾਂ ਤੱਕ ਦੇਖੋ ਤੁਸੀਂ ਇੱਕ ਗੱਲ ਸਮਝੋ ਜੀ, ਰਾਤ ਨੂੰ ਲੇਬਰ ਕੰਮ ਕਰ, ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਾਰਪੋਰੇਸ਼ਨ ਕਿੰਨੀ ਸਖਤ ਹੈਗੀ ਇਹਨਾਂ ਚੀਜ਼ਾਂ ਨੂੰ ਲੈ ਕੇ, ਅਸੀਂ ਬਹੁਤ ਜ਼ਿਆਦਾ ਡੈਮੋਲੀਸ਼ਨਸ ਕੀਤੀਆਂ ਹੈਗੀਆਂ, ਠੀਕ ਹੈ, ਸਾਡੇ ਜਿਹੜੇ ਬੰਦੇ ਹੈਗੇ ਆ ਉਹ ਸੈਟਰਡੇ ਵੀ ਔਨ ਡਿਊਟੀ ਹੁੰਦੇ ਆ, ਸੈਟਰਡੇ ਅਸੀਂ ਬਹੁਤ ਕਾਰਵਾਈ ਕੀਤੀਆਂ ਹੈ। ਜਿਹੜਾ ਵੀ ਕੋਈ ਬੰਦਾ ਹੈਗਾ ਜਿਹੜੀ ਗਲਤ ਕੰਸਟਰਕਸ਼ਨ ਕਰ ਰਿਹਾ ਭਾਵੇਂ ਕਰ ਲਈ ਹੈ, ਠੀਕ ਹੈ, ਉਸ ਤੇ ਕਾਰਵਾਈ ਹੋਏਗੀ, ਜੇ ਉਹ ਗਲਤ ਬਣੀ ਹੈ ਉਹਨੂੰ ਤੋੜਿਆ ਜਾਏਗਾ। ਵਿਰੋਧੀਆਂ ਦਾ ਕੰਮ ਹੀ ਵਿਰੋਧ ਕਰਨਾ ਜੀ, ਉਹਨਾਂ ਨੇ ਹੁਣ ਹੋਰ ਕਰਨਾ ਕੀ ਹੈ, ਇਹੀ ਕਰਨਗੇ, ਉਦੋਂ 1.5 ਸਾਲ ਤੋਂ ਇਹੀ ਕਰਦੇ ਆ ਰਹੇ ਨੇ ਜੀ, ਚੰਗੇ ਕੰਮ ਨੂੰ ਕੋਈ ਥੋੜ੍ਹਾ ਸਰਾਹਣਗੇ ਥੋੜ੍ਹੀ ਜੀ, ਉਹਨਾਂ ਨੂੰ ਹੱਕ ਹੈ ਜੀ, ਉਹਨਾਂ ਦਾ ਇਲੈਕਸ਼ਨ ਬਹੁਤ ਜਲਦ ਸਰ। ਤੇ ਸ਼ਹਿਰ ਦੇ ਵਿਕਾਸ ਮੁੱਦੇ ਕੀ ਹੈਗੇ ਜੀ ਆਪਣੇ? ਸਰ ਤੁਹਾਨੂੰ ਦੇਖੋ ਹੁਣ ਮੈਂ ਕਰ ਹੀ ਰਿਹਾ ਜੀ, ਤੁਹਾਡੇ ਸਾਹਮਣੇ ਮੀਟਿੰਗਸ ਲੈ ਰਹੇ ਹਾਂ, ਹੁਣ ਕਾਰਪੋਰੇਸ਼ਨ ਦੇ ਵਿੱਚ ਹੀ ਅਗਲੇ ਮਹੀਨੇ 2 ਮਹੀਨੇ ਲੱਗਣਗੇ, ਇੱਥੇ ਦੇ ਕੰਮ ਸਾਰੇ ਨੇ ਜਿਹੜੇ ਉਹ ਅਸੀਂ ਕਰਾਵਾਂਗੇ ਪ੍ਰਾਇਰਟੀ ਦੇ ਬੇਸਿਸ ਦੇ ਉੱਤੇ ਜੀ।